बीते दिन जम्मू कश्मीर के अतवादियों नाल मुठभेड़ दौरान चंडीगढ़ तो जिहड़े मनप्रीत सिंह जिहड़े कर्नल मनप्रीत सिंह सीगे वह शहीद हो गए सी, जिन्हां दा हुण पार्थिव शरीर पिंड लियाया गया है। तुसीं तस्वीरां विच वेख सकदे हो किवें हज़ारां दी तदारां विच लोक इत्थे पहुँचे हुए ने, लोगों दीआं अखां नम ने, ते जिहड़ी फौज आर्मी की वैन है जिस दे नाल जिथे उन्हां दा पार्थिव शरीर रख्या गया है उस दे नाल लोक नम अखां दे नाल तुर रहे ने, ते नाल ही उन्हां नूं फुल दे नाल श्रद्धांजलि भेट कर रहे ने। तुहानू दस दईए कि अतरंग विच अतवादियों नाल मुकाबले विच भारतीय फौज दे दो अधिकारी अते एक पुलिस मुलाजम जिहड़े ने उह शहीद हो गए सी। इस मुकाबले विच मोहाली जिले दे न्यू चंडीगढ़ दे पिंड पदोजियां दे रहण वाले कर्नल मनप्रीत सिंह भी शहीद हो गए सी। मनप्रीत सिंह दा परिवार पंचकुला दे सैक्टर 26 विच रहिंदा है। तुहानू दस दईए कि इस तों पहलां कर्नल मनप्रीत सिंह अपनी बहादुरी लई आर्मी मैडल भी प्राप्त कर चुके हन। शहीद कर्नल मनप्रीत सिंह दे पिता भी फौज विच काम करदे सी। इन्ना ही नहीं, कर्नल मनप्रीत सिंह दा परिवार पिछलियां 3 पीढ़ियां तो फौज विच भर्ती हो के देश की सेवा कर रहा है। शहीद कर्नल दे दादा शीतल सिंह ने भारतीय अते पाकिस्तानी दी वंड तो बाद 3 जंगां लड़ियां है अते उन्हां दे 5 पुत्रां विचों 3 फौज विच भर्ती होए। शहीद कर्नल मनप्रीत दे पिता लखमीर सिंह फौज विच सन। तुहानू दस दईए कि कुछ समा पहला ही ਇਹ ਕਰਨਲ ਬਣੇ ਸਨ। ਸ਼ਹੀਦ ਕਰਨਲ ਦੇ ਸਹੁਰਿਆਂ ਵੱਲੋਂ ਪਤਾ ਲੱਗਾ ਕਿ ਬੁੱਧਵਾਰ ਸ਼ਾਮ ਕਰੀਬ 7 ਵਜੇ ਇਸ ਗੱਲ ਦਾ ਪਤਾ ਲੱਗਾ, ਪਰ ਉਸ ਸਮੇਂ ਮਨਪ੍ਰੀਤ ਦੀ ਪਤਨੀ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਉਹਨਾਂ ਨੂੰ ਅੱਜ ਸਵੇਰੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਸ਼ਹੀਦ ਕਰਨਲ ਦੇ ਭਰਾ ਸੰਦੀਪ ਨੇ ਦੱਸਿਆ ਕਿ ਉਹਨਾਂ ਦੀ ਮਨਪ੍ਰੀਤ ਨਾਲ 2 ਦਿਨ ਪਹਿਲਾਂ ਹੀ ਗੱਲ ਹੋਈ ਸੀ। ਕਰਨਲ ਮਨਪ੍ਰੀਤ ਸਿੰਘ ਨੂੰ ਕੁਝ ਸਮਾਂ ਪਹਿਲਾਂ ਹੀ ਲੈਫਟੀਨੈਂਟ ਕਰਨਲ ਤੋਂ ਕਰਨਲ ਵਜੋਂ ਭਰਤੀ ਦਿੱਤੀ ਗਈ ਸੀ। ਉਹਨਾਂ ਦੇ ਪਰਿਵਾਰ ਵਿੱਚ 2 ਭਰਾ ਅਤੇ 1 ਭੈਣ ਹੈ। ਉਹ ਆਪਣੇ ਪਿੱਛੇ 7 ਸਾਲ ਦਾ ਬੇਟਾ ਅਤੇ 2 ਸਾਲ ਦੀ ਬੇਟੀ ਸਮੇਤ ਪਰਿਵਾਰ ਛੱਡ ਗਏ ਨੇ। ਜਾਣਕਾਰੀ ਮੁਤਾਬਕ ਸਥਾਨਕ ਪੁਲਿਸ ਅਤੇ ਫੌਜ ਨੂੰ ਕਸ਼ਮੀਰ ਦੇ ਜ਼ਿਲ੍ਹਾ ਅਤਰੰਗ ਦੇ ਕੋਕਰ ਨਾਗ ਇਲਾਕੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮਿਲੀ ਜਾਣਕਾਰੀ ਅਨੁਸਾਰ ਫੌਜ ਨੇ ਜੰਮੂ ਕਸ਼ਮੀਰ ਪੁਲਿਸ ਨਾਲ ਮਿਲ ਕੇ ਸੰਯੁਕਤ ਓਪਰੇਸ਼ਨ ਚਲਾਇਆ ਅਤੇ ਇਲਾਕੇ ਨੂੰ ਘੇਰ ਲਿਆ। ਪਰ ਇਸ ਦੌਰਾਨ ਉੱਥੇ ਪਹਿਲੇ ਤੋਂ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਅਤੇ ਜੰਮੂ ਕਸ਼ਮੀਰ ਪੁਲਿਸ ਦੇ DSP ਹੁਮਾਯੂ ਭੱਟ ਨੂੰ ਗੋਲੀ ਲੱਗ ਗਈ ਅਤੇ 3 ਗੰਭੀਰ ਜ਼ਖਮੀ ਹੋ ਗਏ ਅਤੇ ਸਰੀਰ ਵਿੱਚੋਂ ਜ਼ਿਆਦਾ ਖੂਨ ਵਹਿਣ ਕਰਕੇ ਜਿਹੜੇ ਨੇ ਉਹ ਸ਼ਹੀਦ ਹੋ ਗਏ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿਵੇਂ ਕਰਨਲ ਮਨਪ੍ਰੀਤ ਸਿੰਘ ਦਾ ਜਿਹੜਾ ਪਾਰਥਿਵ ਸਰੀਰ ਹੈ ਉਹ ਪਿੰਡ ਲਿਆਇਆ ਗਿਆ ਹੈ ਅਤੇ ਜਿਹੜੇ ਲੋਕ ਨੇ ਉਹ ਪਾਰਥਿਵ ਸਰੀਰ ਨਾਲ ਤੁਰ ਰਹੇ ਨੇ ਅਤੇ ਫੁੱਲਾਂ ਨਾਲ ਜਿਹੜੀ ਹੈ ਸ਼ਰਧਾਂਜਲੀ ਭੇਟ ਕਰ ਰਹੇ ਨੇ। ਅੱਗੇ ਅੱਗੇ ਜਿਹੜੇ ਨੇ ਉਹ ਪੁਲਿਸ ਫੌਜ ਦੀ ਆਰਮੀ ਦੀ ਜਿਹੜੀ ਗੱਡੀ ਹੈ ਉਹ ਤੁਰ ਰਹੀ ਹੈ ਅਤੇ ਉਹਦੇ ਨਾਲ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਨੇ ਉਹ ਨਾਲ ਤੁਰ ਰਹੇ ਨੇ ਅਤੇ ਫੁੱਲਾਂ ਨਾਲ ਸ਼ਰਧਾਂਜਲੀ ਭੇਟ ਕਰ ਰਹੇ ਨੇ।